ਜਿੱਦਾਂ ਹੀ 6 ਜੁਲਾਈ ਦਾ ਦਿਨ ਚੜ੍ਹ ਆਇਆ, ਭਾਇਆ ਭੱਜਾ ਭੱਜਾ ਸਾਡੇ ਕੋਲ ਆਇਆ। ਕਹਿੰਦਾ ਅੱਜ ਮੇਰੀ ਬਰਥਡੇ ਆ, ਇਹਨੂੰ ਮਨਾਉਣ ਦਾ ਚੰਗਾ ਜਿਹਾ ਕੋਈ ਪਲੈਨ ਬਣਾਇਆ। ਅਸੀਂ ਉਹਨੂੰ ਬਥੇਰਾ ਸਮਝਾਇਆ ਕਿ ਤੇਰੀ ਬਰਥਡੇ ਤਾਂ 10 ਜੁਲਾਈ ਨੂੰ ਆਇਆ, ਅੱਜ ਕਿਸ ਖੁਸ਼ੀ 'ਚ ਬਰਥਡੇ ਮਨਾਇਆ। ਲੈ ਫਿਰ ਇਮੈਚੋਰ ਭਾਇਆ ਵੱਲੋਂ ਵੀ ਜਵਾਬ ਆਇਆ ਕਿ ਐਡਵਾਂਸ ਬਰਥਡੇ ਸੈਲੀਬ੍ਰੇਟ ਕਰਨ ਦਾ ਇੱਕ ਨਵਾਂ ਟ੍ਰੈਂਡ ਆਇਆ। ਅਸੀਂ ਭਾਇਆ ਨੂੰ ਬਥੇਰਾ ਸਮਝਾਇਆ, ਲੇਕਿਨ ਭਾਇਆ ਸੈਂਟੀਮੈਂਟਸ 'ਚ ਆਇਆ। ਕਹਿੰਦਾ ਅਗਰ ਅੱਜ ਤੁਸੀਂ ਮੇਰੀ ਬਰਥਡੇ ਨਾ ਮਨਾਇਆ ਤਾਂ ਮੈਂ ਖੁਦਕੁਸ਼ੀ ਦਾ ਪਲੈਨ ਪੱਕਾ ਬਣਾਇਆ। ਭਾਇਆ ਨੇ ਇੱਦਾਂ ਦੀਆਂ ਗੱਲਾਂ ਕਰਕੇ ਮੇਰਾ ਅਤੇ ਸਨਾ ਦੇ ਛੱਕੇ ਛੁੜਾਇਆ ਅਤੇ ਅਸੀਂ ਵੀ ਫਿਰ ਬਰਥਡੇ ਦਾ ਅੱਛਾ ਜਿਹਾ ਸੈਟਅਪ ਲਗਾਇਆ। ਬਰਥਡੇ ਦੇ ਸੈਟਅਪ ਲਈ ਅਸੀਂ ਬਲੌਗ ਸੈੱਟ ਕਰਵਾਇਆ ਅਤੇ ਉਹਨਾਂ ਦੇ ਉੱਤੇ ਭਾਇਆ ਦੇ ਡਰੈਸ ਦੇ ਨਾਲ ਮੈਚਿੰਗ ਪ੍ਰਿੰਟ ਬਣਵਾਇਆ। ਬਲੌਗਸ ਤਿਆਰ ਹੋਣ ਤੋਂ ਬਾਅਦ ਅਸੀਂ ਉਹਨਾਂ ਬਲੌਗਸ ਨੂੰ ਲੋਨ ਦੇ ਵਿੱਚ ਸੈੱਟ ਕਰਵਾਇਆ ਅਤੇ ਉਹਦੇ ਉੱਪਰ ਇੱਕ ਚੋਕਲੇਟ ਫਲੇਵਰ ਦਾ ਕੇਕ ਸਜਾਇਆ। ਉੱਦਾਂ ਤਾਂ ਅਸੀਂ ਬਰਥਡੇ ਨੂੰ ਹੋਰ ਜ਼ਰਾ ਅੱਛਾ ਬਣਾਉਣ ਵਾਸਤੇ ਬੈਲੂਨਸ ਵੀ ਫੈਲਾਏ, ਲੇਕਿਨ ਇਸ ਸੈਟਅਪ ਦੇ ਵਿੱਚ ਸਾਨੂੰ ਬੈਲੂਨਸ ਰਾਸ ਨਾ। ਜਿੱਦਾਂ ਹੀ ਅਸੀਂ ਬੈਲੂਨ ਫੈਲਾ ਕੇ ਲੋਨ ਦੇ ਵਿੱਚ ਰਖਵਾਏ, ਹਵਾ ਦੇ ਨਾਲ ਸਾਰੇ ਹੋ ਗਏ ਦਾਏ ਬਾਏ। ਬਾਇਆ ਨੇ ਅੱਜ ਐਡਵਾਂਸ ਬਰਥਡੇ ਦੇ ਚੱਕਰ 'ਚ ਸਾਨੂੰ ਫੁੱਲ ਜ਼ਲੀਲ ਕਰਵਾਇਆ। ਬਿਲਕੁਲ ਇਸੀ ਤਰ੍ਹਾਂ ਇੱਕ ਮੱਖੀ ਵੀ ਪੂਰੇ ਸੈਟਅਪ ਦੇ ਵਿੱਚ ਸਾਨੂੰ ਜ਼ਲੀਲ ਕਰਵਾਇਆ। ਬਾਇਆ ਦੀ ਬਰਥਡੇ ਵਾਲੇ ਦਿਨ 'ਤੇ ਇੱਕ ਅੱਛਾ ਜਿਹਾ ਸ਼ੇਅਰ ਬਾਇਆ ਨੂੰ ਅਤੇ ਬਾਇਆ ਦੀ ਆਡੀਅੰਸ ਨੂੰ ਮੈਂ ਡੈਡੀਕੇਟ ਕਰਨਾ ਚਾਹੁੰਦੀ ਹਾਂ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਕਰ ਦਿਉ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਫੋਲੋ। ਹੁਣ ਚਲੋ ਸ਼ੇਅਰ ਸੁਣ ਲਓ। ਸ਼ੀਸ਼ੀ ਪੱਥਰ ਟੱਚ ਨਾ ਹੋ ਜਾਏ, ਦੇਖੀ ਕਿਧਰੇ ਸੱਚ ਨਾ ਹੋ ਜਾਏ, ਹੀਰੇ ਵਰਗਾ ਬਾਇਆ ਏ ਸਾਡਾ, ਖੱਚਾਂ ਦੇ ਨਾਲ ਖੱਚ ਨਾ ਹੋ ਜਾਏ। ਬਾਏ ਬਾਏ।